ਅੱਜ ਤਾਂ ਵਿਆਹਣਾ ਨਾ ਕਰਾ ਕੇ ਮੜੂੰਗਾ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੈਂ ਰਿਸ਼ਤੇ ਲਈ ਆਇਆ ਸੀਗਾ। ਰਿਸ਼ਤੇ ਵਾਸਤੇ ਆਇਆ ਸੀ? ਹਾਂਜੀ ਸਰ ਜੀ। ਤੂੰ ਥੋੜਾ ਲੇਟ ਹੋ ਗਿਆ, ਮੇਰਾ ਤਾਂ ਹੋਗਾ ਕਿਸੇ ਹੋਰ ਦਾ ਕਰਾ ਦੇ। ਨਹੀਂ ਨਹੀਂ ਸਰ ਜੀ, ਆਪਣੇ ਰਿਸ਼ਤੇ ਲਈ ਆਇਆ ਸੀ ਮੈਂ। ਗੱਲ ਸੁਣ। ਹਾਂਜੀ ਸਰ। ਕੁੜੀ ਬੜੀ ਸੋਹਣੀ ਹੈ, ਸਾਊ ਹੈ, ਪੜ੍ਹੀ ਲਿਖੀ ਹੈ, ਟੀਚਰ ਲੱਗੀ ਹੈ, 20 ਕਿੱਲੇ ਪੈਲੀ ਹੈ, ਕੋਈ ਨਸ਼ਾ ਨਹੀਂ ਕਰਦੀ, ਚੱਲੂਗੀ? ਹਾਂਜੀ ਸਰ ਜੀ, ਚੱਲੂਗੀ, ਮੈਂ ਤਿਆਰ ਹਾਂ। ਉਹ ਗੱਲ ਤਾਂ ਸੁਣ ਲਾ ਪੂਰੀ। ਦੱਸੋ ਸਰ ਜੀ। ਤੱਤਿਆ ਕਾਲਿਆ, ਜਿਹਦੀ ਤੈਨੂੰ ਮੈਂ ਗੱਲ ਕਰੀ ਹੈ ਨਾ, ਉਹਦਾ ਤਾਂ ਹੋ ਗਿਆ। ਹਾਂ, ਤੂੰ ਬੜਾ ਖੱਜ ਬੰਦਾ ਹੈ, ਤੈਨੂੰ ਛੜਿਆਂ ਦਾ ਸ਼ਰਾਫ ਲੱਗੂਗਾ। ਚੱਲ ਓਏ ਜਾਂਦਾ ਰਹਿ, ਆ ਗਿਆ ਸਵੇਰ ਸਵੇਰ ਤੂੰ ਛੜਿਆਂ ਦਾ ਪਤਾਣ ਮੇਰਾ ਦਿਮਾਗ ਖਰਾਬ ਕਰ। ਤੂੰ ਮੇਰਾ ਹੱਥ ਨਹੀਂ ਦੇਖੇਗਾ? ਓਏ ਹੱਥ ਤੇਰਾ ਦੇਖਾ, ਤੇਰਾ ਮੂੰਹ ਵੀ ਦੇਖਦਾ, ਤੇਰਾ ਮੂੰਹ ਨਹੀਂ। ਚੱਲ ਪਾ ਦੇ, ਚੱਲ ਚੱਲ ਚੱਲ। ਪੁੱਤ ਆਪਣੀ ਕੁੜੀ ਦੀ ਕਰਤੀ ਜ਼ਿੰਦਗੀ ਖਰਾਬ ਵਿਚੋਲੇ ਨੇ। ਅੱਜ ਆਪਾਂ ਉਹਦੇ ਨਾਲ ਇੱਕ ਪਾਸਾ ਕਰਕੇ ਹੀ ਆਉਣਾ। ਯੈਸ ਡੈਡ, ਇੱਕ ਪਾਸਾ ਕਰਕੇ ਆਏਗਾ, ਉਸ ਦਾ ਮੂਰ ਬਣਾਏਗੇ ਹਮ। ਹਾਂ, ਜੇ ਕੁੜੀ ਨੂੰ ਇਹ ਕੰਮ ਲਾਉਣ ਨਾ ਤਾਂ ਇਹਨਾਂ ਦੇ ਆਖੇ ਕੁੜੀ ਕੰਮ ਕਰੇ, ਉਹਨੂੰ ਵਹਿਬ ਤਾਂ ਦੇਈ ਜਾਂਦੇ, ਵਹਿਬ ਤਾਂ ਦੇਈ ਜਾਂਦੇ। ਸਹੀ ਗੱਲ ਆ ਭਾਪਾ, ਬਾਹਲੇ ਕੰਦੇ ਬੰਦੇ ਮਿਲ ਗਏ ਆਪਾਂ ਨੂੰ। ਆਪਾਂ ਅੱਜ ਵਿਚੋਲੇ ਨਾਲ ਵੀ ਗੱਲ ਕਰਕੇ ਉਹਨੇ ਸਾਰਾ ਫੈਸਲਾ ਨਿਬੇੜ ਕੇ ਆਉਣਾ, ਠੀਕ ਆ? ਵਿਚੋਲੇ ਦੇ ਜੁੰਡੇ ਬੱਟੇ ਆ ਗਏ ਮੇਰੇ ਸਾਰੇ। ਹਾਂ ਬਤਾਓ, ਮਿਲ ਗਿਆ ਮਿਲ ਗਿਆ, ਚਲੋ ਚਲੋ ਕਰਦੇ ਆ ਨਾ ਗੱਲ ਇਹਦੇ ਨਾਲ ਅੱਜ। ਗੁੱਡ ਮਾਰਨਿੰਗ ਸਰ। ਸਤਿ ਸ਼੍ਰੀ ਅਕਾਲ ਜੀ। ਉਹ ਸਾਰੇ ਇਕੱਠੇ ਹੋ ਕੇ ਦਾਜ ਦਾ ਸਮਾਨ ਵਾਪਸ ਲੈਣਾ ਹੈ। ਵਿਚੋਲਾ ਸਾਹਿਬ ਜੀ, ਸਾਨੂੰ ਕਿਹੋ ਜਿਹੇ ਬੰਦੇ ਟਕਰਾਏ ਆ, ਸਾਨੂੰ ਤੂੰ ਫਸਾ ਹੀ ਦਿੱਤਾ ਯਾਰ। ਇੱਕ ਮਿੰਟ ਆਪਾਂ ਬੈਠ ਕੇ ਗੱਲ ਕਰਦੇ। ਉਹ ਕਾਕਾ ਕੁਰਸੀਆਂ ਲਿਆ, ਬੈਠੋ ਬੈਠੋ ਬੈਠੋ। ਵਿਚੋਲਾ ਸਾਹਿਬ, ਕਿਹੋ ਜਿਹੇ ਬੰਦੇ ਟਕਰਾਏ ਆ ਤੂੰ ਸਾਨੂੰ? 24 ਘੰਟੇ ਲੜਾਈ ਕਲੇਸ਼, ਸਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖੀ ਇਹਨਾਂ ਨੇ। ਉਹ ਹੌਲੀ ਬੋਲ, ਇੰਨਾ ਉੱਚੀ ਕਿਉਂ ਬੋਲਦਾ? ਤੂੰ ਮਰ ਲੱਗਿਆ ਜਾਂ ਮੈਂ ਕਿਤੇ ਚੱਲਿਆ? ਠੀਕ ਹੈ ਨਾ, ਤੂੰ ਤਾਂ ਐਂ ਕਰਨਾ ਜਿਵੇਂ ਇੱਥੇ ਫੁੱਟਬਾਲ ਦਾ ਮੈਚ ਖੇਡਣਾ ਆ ਹੁਣ। ਮਾੜਾ ਹੈ ਨਾ, ਹੌਸਲਾ ਰੱਖ, ਮੈਂ ਮੁੰਡਿਆਂ ਨਾਲ ਗੱਲ ਕਰਦਾ, ਠੀਕ ਹੈ? ਉਹ ਵਿਚੋਲਾ ਸਾਹਿਬ, ਅਸੀਂ ਤਾਂ ਜਿਉਂ ਮੁੰਡੇ ਦਾ ਰਿਸ਼ਤਾ ਕਰਿਆ, ਇੱਕ ਦਿਨ ਸੁੱਖ ਨਹੀਂ ਦਿੱਤਾ ਗਾ। ਕਹਿੰਦੀ ਮੈਂ ਤਾਂ ਮਾਂ ਪਿਓ ਦੀ ਸੇਵਾ ਕਰਨੀ ਨੀ। ਉਹ ਭਰਾਵਾ ਕਿਹੜੀ ਸੇਵਾ ਦੀ ਗੱਲ ਕਰਦਾ, ਹੁਣ ਕੁੜੀ ਤੁਹਾਨੂੰ ਕੁੜੀ ਚੰਗੀ ਲੱਗਦੀ ਹੈ? ਉਹ ਭਰਾਵਾ ਮੈਂ ਤਾਂ ਰੋਟੀ ਪਾਣੀ ਦੀ ਗੱਲ ਕਰਦਾ। ਅੱਛਾ, ਰੋਟੀ ਪਾਣੀ ਦੀ ਗੱਲ ਤਾਂ ਇਉਂ ਨਾ, ਹਜੇ ਨਵੀਂ ਨਵੀਂ ਬਗਾਨੇ ਘਰੇ ਗਈ ਹੈ, ਸੰਗਦੀ ਨੀ ਖਾਂਦੀ ਹੋਣੀ। ਕਿਉਂ ਨੀ ਖਾਂਦੀ? ਉਹ ਗਿਣਕੇ ਨੀ ਚਿਣਕੇ ਖਾਂਦੀ ਹੈ, ਚਿਣਕੇ। ਉੱਠ ਭਾਈ, ਗੱਲ ਸੁਣ, ਉਹ ਤੈਨੂੰ ਅਸੀਂ ਕੁੜੀ ਵਿਆਹੀਏ ਕਿ ਭਈਆ ਰਾਣੀ ਵਿਆਹਤੀ? ਨਾ ਲੱਸੀ ਛੱਡੇ, ਨਾ ਦਹੀਂ ਛੱਡੇ, ਨਾ ਕੋਈ ਦੁੱਧ, ਨਾ ਘਿਓ ਛੱਡੇ। ਉਹ ਤਾਂ ਪਾਗਲ ਹੈ, ਕੱਲਾ ਦੁੱਧ ਹੀ ਪੀ ਲੇ, ਨਾ ਰਹੂਗਾ ਵਾਸ ਤੇ ਨਾ ਵੱਜੂਗੀ ਵੰਸਰੀ। ਅਸੀਂ ਸਾਰਾ ਟੱਬਰ ਚਾਹ ਤੋਂ ਵੀ ਜਵਾ ਕੇ ਲਈਏ। ਖਬਰਦਾਰ, ਮੇਰੀ ਭੈਣ ਬਾਰੇ ਕੁਛ ਬੋਲਿਆ ਤਾਂ, ਅਸੀਂ ਭੁੱਖੇ ਨੰਗੇ ਆ। ਭੁੱਖੇ ਨੰਗੇ ਦਾ ਤਾਂ ਮੈਨੂੰ ਪਤਾ ਹੈ, ਪਤਾ ਤੁਹਾਡੀ ਕਿਹੜੀ ਲਾਛਾਂ ਦੀ ਦੁਕਾਨ ਹੈ। ਖਬਰਦਾਰ, ਜੇ ਸਾਡੇ ਪਰਿਵਾਰ ਵਾਲੇ ਕੁਛ ਮੰਦਾ ਚੰਗਾ ਬੋਲਿਆ ਤਾਂ। ਜੇ ਕੁੜੀ ਸਾਡੇ ਘਰ ਦਾ ਸਾਰਾ ਕੰਮ ਕਰਨ ਨੂੰ ਤਿਆਰ ਹੈ ਤਾਂ ਅਸੀਂ ਲਿਜਾਣ ਨੂੰ ਵੀ ਤਿਆਰ। ਨਾ, ਸਾਨੂੰ ਇਹ ਫੈਸਲਾ ਨੀ ਮਨਜ਼ੂਰ ਵਿਚੋਲਾ ਸਾਹਿਬ, ਸਾਨੂੰ ਇਹ ਫੈਸਲਾ ਨੀ ਮਨਜ਼ੂਰ। ਕੁੜੀ ਪਰਿਵਾਰ ਤੋਂ ਅਲੱਗ ਰਹਿਣਾ ਚਾਹੁੰਦੀ ਹੈ। ਉੱਠ ਮੁੰਡਿਆ, ਆਪਾਂ ਨੀ ਕੁੜੀ ਤੋਰਨੀ।
ਕਿਉਂ ਤੋਰਨੀ ਕਿਉਂ ਨਹੀਂ ਗਈ? ਅਸੀਂ ਨਹੀਂ ਤੋਰਨੀ ਗਈ, ਤੋਰਨੀ ਨਹੀਂ ਗਈ, ਤੋਰਨੀ ਗਈ। ਹਾਂ ਤੋਰਨੀ ਕੁੜੀ ਵਾਲੇ ਕੋ ਬਦਮਾਸ਼ ਹੈ ਯਾਰ, ਅਸੀਂ ਨਹੀਂ ਤੋਰਨੀ ਗਈ ਯਾਰ। ਤੋ ਯਾਰ ਤੋਰਨੀ ਕੋ, ਮੇਰੀ ਗੱਲ ਤਾਂ ਸੁਣੋ, ਤੁਸੀਂ ਆਰਾਮ ਨਾਲ ਬੈਠੋ ਤਾਂ ਸਹੀ। ਕੁੜੀ ਜਾ, ਅਸੀਂ ਕੁੜੀ ਨਹੀਂ ਸੁਣਨੀ ਤੇਰੀ ਗੱਲ, ਤੂੰ ਤਾਂ ਸਾਨੂੰ ਫਸਾਇਆ ਕਰੋ ਕਿ ਚਾਹੁੰਦੇ ਕਿਉਂ ਨਹੀਂ ਨਹੀਂ ਤੋਰਨੀ ਅਸੀਂ ਕੁੜੀ ਤੇ ਮਰੰਗ ਆਏ। ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਪਾਕਿਸਤਾਨ ਦੇ ਬਾਰਡਰ ਤੇ ਬੈਠਾ ਫੈਸਲਾ ਕਰੀ ਜਾਂਦਾ ਹੁੰਦਾ। ਕਾਕਾ ਤੂੰ ਮੈਨੂੰ ਇਹ ਦੱਸ, ਤੁਸੀਂ ਕਿਹੜੀ ਸ਼ਰਤ ਨਾਲ ਕੁੜੀ ਤੋਰੋਗੇ? ਸਾਨੂੰ ਕੋਈ ਸ਼ਰਤ ਮਨਜ਼ੂਰ ਨਹੀਂ ਇਹਨਾਂ ਦੀ। ਕਾਕਾ ਤੈਨੂੰ ਮੈਂ ਬੰਦਿਆਂ ਕੋ ਤੇ ਪਿਆਰ ਨਾਲ ਬੜਾ ਸਮਝਾ ਲਿਆ, ਸਾਨੂੰ ਐਂ ਨਹੀਂ ਪਤਾ ਲੱਗਣਾ, ਠੀਕ ਹੈ ਨਾ? ਤੈਨੂੰ ਪੁਲਿਸ ਚੌਂਕ ਤੇ ਮਾਤਾ ਜੀ ਚੌਂਕ 'ਚ ਫਰਕ ਨਹੀਂ, ਮੈਂ ਸਮਝਾਉਂਦਾ ਤੈਨੂੰ। ਤੂੰ ਸਾਰੀਆਂ ਸ਼ਰਤਾਂ ਮਨਾਈ ਆ ਨਾ, ਤੂੰ ਕਿੱਥੋਂ ਦਾ ਮਹਾਰਾਜਾ? ਤੈਨੂੰ ਪੁਲਿਸ ਸਟੇਸ਼ਨ ਤੇ ਰੇਲਵੇ ਸਟੇਸ਼ਨ ਫਰਕ ਨਹੀਂ ਨਜ਼ਰ ਆਉਂਦਾ? ਨਹੀਂ ਹੁੰਦਾ। ਮੈਂ ਦੱਸਾਂ ਤੈਨੂੰ ਫਿਰ ਕੀ ਹੁੰਦਾ? ਨਾ ਨੂੰ ਸੁਖੀ ਨਾ ਸੱਸ ਸੁਖੀ, ਸੱਸ ਨੂੰਹ ਤੋਂ ਦੁਖੀ, ਨੂੰਹ ਸੱਸ ਤੋਂ ਦੁਖੀ, ਇਹਨਾਂ ਦੋਹਾਂ ਤੋਂ ਤੰਗ ਆ ਕੇ ਘਰ ਵਾਲਾ ਸਭ ਤੋਂ ਜ਼ਿਆਦਾ ਦੁਖੀ।